ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇਹ ਖਬਰ ਫਗਵਾੜੇ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਚੋੜਾ ਖੂਹ ਗੁਰਦੁਆਰਾ ਹੈ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਇੱਕ ਮੁੰਡੇ ਦਾ ਕਤਲ ਕਰ ਦਿੱਤਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਇਸ ਮੁੰਡੇ ਦੇ ਵੱਲੋਂ ਬੇਅਦਬੀ ਕੀਤੀ ਗਈ ਸੀ, ਜਿਸ ਦੇ ਚੱਲਦੇ ਇਸ ਮੁੰਡੇ ਦਾ ਨਿਹੰਗ ਸਿੰਘ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ, ਇਸ ਨੂੰ ਮਾਰ ਦਿੱਤਾ ਜਾਂਦਾ ਹੈ। ਤਾਂ ਇਸ ਵੇਲੇ ਦੀ ਫਗਵਾੜੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਮੁੰਡੇ ਦਾ ਜਿਹੜਾ ਹੈ ਕਤਲ ਕਰ ਦਿੱਤਾ ਗਿਆ ਹੈ। ਇਹ ਇਲਜ਼ਾਮ ਲਗਾਏ ਗਏ ਨੇ ਨਿਹੰਗ ਸਿੰਘ ਵੱਲੋਂ, ਕਿਹਾ ਜਾ ਰਿਹਾ ਹੈ ਕਿ ਉਸਨੇ ਬੇਅਦਬੀ ਕੀਤੀ ਸੀ ਗੁਰੂ ਘਰ ਦੇ ਵਿੱਚ, ਜਿਸ ਦੇ ਚੱਲਦੇ ਇਹ ਜਿਹੜਾ ਕਤਲ ਹੈ ਗੁਰੂ ਘਰ ਦੇ ਵਿੱਚ ਹੋਇਆ ਹੈ। ਫਗਵਾੜਾ ਦੇ ਗੁਰਦੁਆਰੇ ਦੇ ਵਿੱਚੋਂ ਘਟਨਾ ਸਾਹਮਣੇ ਆਈ ਹੈ, ਜਿੱਥੇ ਕਿ ਨਿਹੰਗ ਸਿੰਘ ਵੱਲੋਂ ਕਤਲ ਕਰ ਦਿੱਤਾ ਗਿਆ ਇਸ ਨੌਜਵਾਨ ਦਾ। ਤਸਵੀਰਾਂ ਲਾਈਵ ਭਾਰਤ 'ਤੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿਸ ਨੌਜਵਾਨ ਦਾ ਕਤਲ ਹੋਇਆ ਹੈ ਅਤੇ ਕਿਸ ਦੇ ਵੱਲੋਂ, ਕਿਹੜੇ ਨਿਹੰਗ ਸਿੰਘ ਵੱਲੋਂ ਕੀਤਾ ਗਿਆ। ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਫਗਵਾੜੇ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਗੁਰੂ ਘਰ ਦੇ ਵਿੱਚ ਹੀ ਜਿਹੜਾ ਕਤਲ ਹੋਇਆ ਹੈ, ਇਹ ਕਤਲ ਇਹ ਮੁੰਡੇ ਨੂੰ ਜਿਹਨੇ ਮਾਰਿਆ ਹੈ ਤੁਹਾਨੂੰ ਦੱਸ ਦਈਏ ਨਿਹੰਗ ਸਿੰਘ ਵੱਲੋਂ ਹੋਇਆ ਹੈ। ਨਿਹੰਗ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਗੁਰੂ ਘਰ ਦੀ ਬੇਅਦਬੀ ਕੀਤੀ ਗਈ ਸੀ, ਜਿਸ ਦੇ ਚੱਲਦੇ ਇਸ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ। ਤਾਂ ਇਸ ਵੇਲੇ ਦੀ ਵੱਡੀ ਖਬਰ ਹੈ, ਲਾਈਵ ਭਾਰਤ ਦੇ ਨਾਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਤਸਵੀਰਾਂ ਵੇਖ ਸਕਦੇ ਹੋ, ਤਸਵੀਰਾਂ ਵੀ ਤੁਹਾਡੇ ਸਾਹਮਣੇ ਅਸੀਂ ਰੂਬਰੂ ਕਰਵਾ ਰਹੇ ਹਾਂ ਕਿ ਕਿਸ ਨਿਹੰਗ ਸਿੰਘ ਵੱਲੋਂ ਜਿਹੜਾ ਇਸ ਨੌਜਵਾਨ ਮੁੰਡੇ ਦਾ ਕਤਲ ਹੋਇਆ ਹੈ, ਅਤੇ ਇਹਨਾਂ ਦੋਹਾਂ ਦੀਆਂ ਫੋਟੋਆਂ ਵੀ ਅਸੀਂ ਲਾਈਵ ਭਾਰਤ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੰਤ ਤੱਕ ਖਬਰ ਵੇਖੋ, ਪ੍ਰਤੀਕਿਰਿਆ ਕਮੈਂਟਾਂ 'ਚ ਜ਼ਰੂਰ ਸਾਂਝੀ ਕਰੋ ਕਿ ਇਸ ਖਬਰ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈਵ ਭਾਰਤ ਦੇ ਨਾਲ। ਜੋ ਜਾਨ ਬਚਾਏਗਾ ਤੁਹਾਡੇ ਤੋਂ ਮੈਂ ਆਪਣੀ ਬਚਾਏਗਾ। ਵੀ ਪੈਸੇ ਤੈਨੂੰ ਮੈਂ ਪੈਸੇ ਦੇਣੇ ਸੁੱਖੀ ਨੇ? ਆਹੋ। ਕਿੰਨੇ ਪੈਸੇ ਕੀਤੇ ਸੁੱਖੀ ਨਾਲ? ਦੋ ਤਿੰਨ ਹਜ਼ਾਰ ਰੁਪਇਆ ਸੀਗਾ। ਦੋ ਤਿੰਨ ਹਜ਼ਾਰ? ਦੋ ਤਿੰਨ ਹਜ਼ਾਰ। ਤੇ ਕੀ ਕਰਨਾ, ਕੀ ਕਹਿ ਸੁੱਖੀ ਨੇ, ਕੀ ਕਰਨਾ ਉੱਥੇ ਜਾ ਕੇ? ਉੱਥੇ ਜਾ ਕੇ ਬੈਠੀ ਔਰ ਇਹ ਸਭ ਫਲਾਣਾ ਪੁੱਠਾ ਸਿੱਧਾ ਕਰਨ ਨੂੰ ਕਿਹਾ ਸੀਗਾ, ਲੇਕਿਨ ਕੀਤਾ ਨੀ ਭਾਜੀ ਮੈਂ। ਇਹ ਹੈ, ਮੈਂ ਇਮਾਨਦਾਰ ਹਾਂ, ਮਿਹਨਤੀ ਹਾਂ, ਬਸ ਇਹ ਸੀਗਾ, ਮੈਂ ਕੀਤਾ ਨੀ। ਸੁਖੀ ਨੇ ਕਿਹਾ ਪੰਗੇ ਲੈਣੇ? ਪੰਗੇ ਲੈਣੇ ਆ ਬਾਣੀ ਨਾਲ? ਆਹੋ। ਨੀ ਬਾਣੀ ਨਾਲ ਕੀ ਪੜਨਾ? ਆਹੋ, ਪੜਨ ਵਾਸਤੇ ਗਿਆ ਸੀ ਕੀ? ਆਹੋ, ਇਹ ਚੀਜ਼ਾਂ ਉਲਟਾ ਹੋਰ ਤੁਸੀਂ ਸੋਚ ਨੀ ਸਕਦੇ ਕੀ ਕੀ ਕਿਹਾ ਸੀਗਾ। ਦੱਸ ਦੱਸ ਫਿਰ ਸਾਨੂੰ ਦੱਸ ਦੇ ਨਾ। ਉਲਟਾ ਸਿੱਧਾ ਲਿਖਣ ਨੂੰ ਵੀ ਕਿਹਾ ਸੀਗਾ। ਕੀ ਲਿਖਣਾ ਸੀ ਤੁਹਾਨੂੰ ਪਤਾ ਯਾਰ? ਉਹੀ ਗਾਲਾਂ ਔਰ ਉੱਤੋਂ ਦੀ ਇਹ ਸਭ ਚੀਜ਼ਾਂ ਕਰਨ ਨੂੰ ਕਿਹਾ ਸੀਗਾ। ਮੈਂ ਕੀਤਾ ਨੀ ਭਾਜੀ, ਬੇਗੁਨਾਹ ਸੀਗਾ ਬਸ ਇਹ।